ਸਤਿ ਸ਼੍ਰੀ ਅਕਾਲ ਨਿਊਜ਼ DNN ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਇਲੈਕਸ਼ਨ ਦੇ ਚੱਲਦੇ ਸਾਡੇ ਮਿਸ਼ਨ 2017 ਦੇ ਤਹਿਤ ਸਾਡੇ ਖਾਸ ਪ੍ਰੋਗਰਾਮ ਮੁਲਾਕਾਤ ਸਾਡੀ ਫੈਸਲਾ ਤੁਹਾਡੇ ਦੇ ਵਿੱਚ, ਜਿਸ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਉਹਨਾਂ ਸ਼ਖਸੀਅਤਾਂ ਨੂੰ ਜੋ ਵੱਖੋ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਔਰ ਵੱਖੋ ਵੱਖਰੇ ਵਿਧਾਨ ਸਭਾ ਹਲਕਿਆਂ ਨੂੰ ਰੀਪ੍ਰਜੈਂਟ ਕਰ ਰਹੇ ਨੇ। ਅਤੇ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਵਿਧਾਨ ਸਭਾ ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ ਮਾਣੂਕੇ ਜੀ। ਸਰਬਜੀਤ ਕੌਰ ਜੀ, ਸਭ ਤੋਂ ਪਹਿਲਾਂ ਤੁਹਾਡਾ ਸਾਡੇ ਸਟੂਡੀਓ ਵਿੱਚ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਕੌਰ ਮਾਣੂਕੇ, ਮੇਰੇ ਵੱਲੋਂ ਮੇਰੇ ਮਾਤਾਵਾਂ, ਭੈਣਾਂ ਨੂੰ, ਬਜ਼ੁਰਗਾਂ ਨੂੰ, ਵੀਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਜੀ, ਗੱਲ ਕਰਦੇ ਅਗਰ ਤੁਹਾਡੇ ਆਪਾਂ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਦੂਰ ਦੂਰ ਤੱਕ ਕਿਸੇ ਦਾ ਵੀ ਰਾਜਨੀਤੀ ਦੇ ਨਾਲ ਕੋਈ ਵਾਹ ਵਾਸਤਾ ਨਜ਼ਰ ਨਹੀਂ ਆਉਂਦਾ ਹੈਗਾ, ਪਰ ਤੁਹਾਡਾ ਰਾਜਨੀਤੀ ਵਿੱਚ ਆਉਣਾ ਕਿਵੇਂ ਹੋਇਆ? ਮੈਂ ਪੇਸ਼ੇ ਵਜੋਂ ਇੱਕ ਟੀਚਰ, ਐਮ ਕੌਮ ਐਂਡ ਐਮ ਏ ਇਕਨੋਮਿਕਸ, ਕਿੰਨੇ ਸਾਲ, 17 ਸਾਲ ਮੈਂ ਟੀਚਿੰਗ ਪ੍ਰੋਫੈਸ਼ਨ 'ਚ ਇਕਨੋਮਿਕਸ ਨੂੰ ਪੜ੍ਹਾਇਆ। ਮੇਰੇ ਫਾਦਰ ਟੀਚਰ, ਮੇਰੇ ਫਾਦਰ ਇਨ ਲਾਅ ਵੀ ਟੀਚਰ, ਮੇਰੇ ਹਸਬੈਂਡ ਵੀ ਟੀਚਰ। ਟੀਚਰ ਇੱਕ ਨੇਸ਼ਨ ਬਿਲਡਰ ਹੁੰਦਾ, ਇੱਕ ਨਵਾਂ ਸਮਾਜ ਸਿਰਜਣ, ਨਵੀਂ ਸੇਧ ਦੇਣ ਆਏ ਹਾਂ। ਬਸ ਇੱਕੋ ਹੀ ਸੋਚ ਆ ਵੀ ਸਾਡੀ ਜਿਹੜੀ ਮੁੱਦੇ ਆ 10ਵੀਂ 12ਵੀਂ ਤੱਕ ਨਾ ਰਹਿ ਜਾਣ, ਅਸੀਂ ਬੱਚਿਆਂ ਨੂੰ ਅੱਗੇ ਸਕਿੱਲ ਡਿਵੈਲਪਮੈਂਟ 'ਤੇ ਪ੍ਰੇਰਿਤ ਕਰਕੇ ਉਹਨਾਂ ਨੂੰ ਰਾਸ਼ਟਰ ਹਿੱਤ ਦੇ ਕੰਮਾਂ 'ਚ ਲਗਾ। ਸਬਜੀ ਦੀ ਗੱਲ ਕਰਦੇ ਹਾਂ ਕਿ ਤੁਸੀਂ ਹੁਣ ਤੁਹਾਨੂੰ ਆਮ ਆਦਮੀ ਪਾਰਟੀ ਨੇ ਆਪਣਾ ਨੁਮਾਇੰਦਾ ਬਣਾ ਕੇ ਜਗਰਾਓਂ ਹਲਕੇ ਦੇ ਵਿੱਚ, ਜੋ ਕਿ ਮੈਂ ਕਹਿੰਦਾ ਰਿਜ਼ਰਵ ਸੀਟ ਆ ਤੁਹਾਡੀ, ਤੁਹਾਨੂੰ ਉੱਥੋਂ ਹੁਣ ਪਾਰਟੀ ਨੇ ਸੇਵਾ ਲਾਈ ਆ, ਪਰ ਜੇਕਰ ਗੱਲ ਕਰੀਏ ਕਿ ਪਾਰਟੀ ਵਿੱਚ ਆਉਣ ਦੀ, ਕਿਸੇ ਰਾਜਨੀਤੀ ਪਾਰਟੀ ਨਾਲ ਜੁੜਨ ਦੀ, ਤਾਂ ਤੁਹਾਡੇ ਕੋਲ ਹੋਰ ਵੀ ਕਈ ਵਿਕਲਪ ਸੀ, ਫਿਰ ਆਮ ਆਦਮੀ ਪਾਰਟੀ ਦਾ ਇਹ ਪੱਲਾ ਕਿਉਂ ਫੜਿਆ? ਵੀਰੇ, ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਜਿਵੇਂ ਤੁਹਾਨੂੰ ਜੀ, ਇਹ ਇੱਕ ਸੋਚ ਹੈ ਜੀ। ਇਸ ਤੋਂ ਪਹਿਲਾਂ ਵੀ ਰਾਜਨੀਤਿਕ ਪਾਰਟੀਆਂ ਹੁੰਦੀਆਂ ਸੀ ਜੀ, ਪਰ ਸਾਨੂੰ ਕਦੇ ਵੀ ਨਹੀਂ ਲੱਗਿਆ ਵੀ ਉਹ ਸਾਡੀ ਸੋਚ ਦੇ ਹਿਸਾਬ ਨਾਲ ਕੰਮ ਕਰ ਸਕਦੀਆਂ, ਕਿਉਂਕਿ ਬੇਸਿਕਲੀ ਮੈਂ ਇੱਕ ਟੀਚਰ ਹਾਂ ਜੀ। ਟੀਚਰ ਇੱਕ ਨੇਸ਼ਨ ਬਿਲਡਰ ਹੁੰਦਾ ਜੀ। ਨੇਸ਼ਨ ਬਿਲਡਿੰਗ ਦੇ ਵਿੱਚ ਉਹਨੇ ਸਿਰਫ ਨਰਸਰੀ ਤੋਂ 12ਵੀਂ ਤੱਕ ਹੀ ਨਹੀਂ ਪੜ੍ਹਾਉਣਾ, ਉਹਦਾ ਅਸਲੀ ਦਾਇਰਾ 12ਵੀਂ ਤੋਂ ਬਾਅਦ ਸ਼ੁਰੂ ਹੁੰਦਾ ਜੀ, ਜਿੱਥੇ ਉਹਨੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੁੰਦਾ ਸਮਾਜ ਦੇ ਲਈ, ਦੇਸ਼ ਅਤੇ ਰਾਸ਼ਟਰ ਹਿੱਤ ਲਈ ਕੁਛ ਕੰਮ, ਚੰਗੇ ਕੰਮ ਕਰਨ ਦੀ। ਮੈਨੂੰ ਲੱਗਿਆ ਵੀ ਇਹ ਪਾਰਟੀ ਨੇ ਮੈਨੂੰ ਇੱਕ ਸਹੀ ਸੇਧ ਦਿੱਤੀ ਹੈ, ਜਿੱਥੇ ਇੱਕ ਟੀਚਰ ਹੋਣ ਦੇ ਨਾਲ ਨਾਲ ਮੈਂ ਇਹ ਸੇਵਾਵਾਂ ਵੀ ਨਿਭਾ ਸਕਦੀ ਹਾਂ, ਮੈਂ ਆਪਣੇ ਦੇਸ਼ ਦੇ ਭਵਿੱਖ ਨੂੰ ਇੱਕ ਮਜ਼ਬੂਤ ਥੰਮ ਬਣਾ ਕੇ ਸਮਾਜ ਦੇ ਵਿੱਚ ਪੇਸ਼ ਕਰ ਸਕਦੀ ਹਾਂ ਜੀ। ਸਬਜੀ ਦੀ, ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਪਰ ਆਪਾਂ ਗੱਲ ਕਰਦੇ ਹਾਂ ਤੁਹਾਡੇ ਹਲਕੇ ਦੀ ਹੁਣ, ਕਿਉਂਕਿ ਜਿੱਥੋਂ ਤੁਸੀਂ ਚੋਣ ਲੜ ਰਹੇ ਹੋ ਵਿਧਾਨ ਸਭਾ ਹਲਕਾ ਜਗਰਾਓਂ ਤੋਂ, ਉੱਥੋਂ ਦੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤਾਂ ਤੁਹਾਨੂੰ ਸਭ ਤੋਂ ਜੋ ਵੱਡੀ ਸਮੱਸਿਆ ਸੀ ਉਹ ਕਿਹੜੀ ਸਾਹਮਣੇ ਆਈ? ਸਮੱਸਿਆ ਇਨਫਰਾਸਟ੍ਰਕਚਰ ਦੀ। ਕਿੰਨੇ ਸਾਲਾਂ ਤੋਂ ਕਿਸੇ ਤਰ੍ਹਾਂ ਦਾ ਵੀ ਸੈਨੀਟੇਸ਼ਨ ਦੀ, ਕਨੈਕਟੀਵਿਟੀ ਆਫ ਰੋਡਸ ਦੀ, ਜਾਂ ਮੈਡੀਕਲ ਦੀ, ਜਾਂ ਐਜੂਕੇਸ਼ਨ 'ਤੇ ਡਿਵੈਲਪਮੈਂਟ ਹੋ ਹੀ ਨਹੀਂ ਪਾਈ, ਕਿਉਂਕਿ ਸਾਇੰਸ ਕਾਲਜ ਸਾਡਾ ਨੰਬਰ 1 ਏਸ਼ੀਆ ਦਾ ਕਾਲਜ ਸੀ, ਅੱਜ ਉਹ ਖਾਲੀ ਹੈ। ਰੋਡਸ ਦਾ ਇਹ ਹਾਲ ਹੈ ਵੀ ਉੱਥੋਂ ਦੀ ਨਿਕਲਦੇ ਸਮੇਂ ਤੁਸੀਂ 2 ਜਾਂ 3 ਐਕਸੀਡੈਂਟ ਤਾਂ ਸ਼ਹਿਰ 'ਚ ਹੀ ਹੋ ਜਾਂਦੇ ਆ। ਮੈਡੀਕਲ ਦਾ ਇਹ ਹਾਲ ਹੈ ਵੀ ਤੁਸੀਂ ਖੁਦ ਮਹਿਸੂਸ ਕਰੋਗੇ, ਘਰਾਂ ਦੇ ਘਰ ਬਜ਼ੁਰਗ ਬਿਨਾਂ ਦਵਾਈ ਤੋਂ ਤੜਫ ਤੜਫ ਕੇ ਮਰ ਰਹੇ ਆ। ਇਹੀ ਇੱਕ ਸਿਹਤ ਆ, ਇਹੀ ਇਨਫਰਾਸਟ੍ਰਕਚਰ ਆ। ਸਿਰਫ ਅਸੀਂ ਇੱਕੋ ਹੀ ਸੋਚਣਾ ਅੱਗੇ ਵੱਧ ਰਹੇ ਹਾਂ ਵੀ ਜੇ ਆਪਣੇ ਬੱਚਿਆਂ ਨੂੰ ਪੜ੍ਹਾਈ ਫ੍ਰੀ ਦੇਤੀ ਅਤੇ ਬਜ਼ੁਰਗਾਂ ਨੂੰ ਦਵਾਈ ਫ੍ਰੀ ਦੇਤੀ, ਸਾਡੇ ਬਜ਼ੁਰਗ ਸੜਕਾਂ 'ਤੇ ਰੁਲਣਗੇ ਨਹੀਂ। ਬਸ ਇੱਕੋ ਹੀ ਮੁੱਦਾ, ਇੱਕੋ ਹੀ ਮਕਸਦ। ਸਰ ਜੀ, ਤੁਸੀਂ ਜਿਹੜੀ ਆਪਣੇ ਹਲਕੇ ਦੀ ਜੋ ਸਮੱਸਿਆਵਾਂ ਤੋਂ ਜਾਣੂ ਕਰ ਰਹੇ ਹੋ, ਕੀ ਤੁਸੀਂ ਆਪ ਲੋਕਾਂ ਦੇ ਵਿੱਚ ਵਿਚਰ ਕੇ ਇਹ ਸਭ ਕੁਝ ਦੇਖਿਆ, ਜਾਂ ਤੁਸੀਂ ਇੱਕ ਹੁੰਦਾ ਨਾ ਵੀ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਪਤਾ ਲੱਗਿਆ ਕਿ ਫਲਾਣੇ ਥਾਂ 'ਤੇ ਇਹ ਕੰਮ ਹੋ ਗਿਆ, ਇੱਕ ਹੁੰਦਾ ਅਸੀਂ ਆਪ ਚੱਲ ਕੇ ਜਾਂਦੇ ਹਾਂ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਡੋਰ ਟੂ ਡੋਰ ਜਾ ਰਹੀ ਹਾਂ ਜੀ। ਮੇਰੇ 7 ਅਕਤੂਬਰ ਨੂੰ ਮੈਨੂੰ ਪਾਰਟੀ ਨੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਸੀ ਜੀ। ਉਸ ਤੋਂ ਬਾਅਦ ਮੇਰੇ ਹਲਕੇ ਦੇ ਵਿੱਚ 77 ਪਿੰਡ ਆ, ਜਿਹਦੇ ਵਿੱਚੋਂ 50 ਪਿੰਡ ਮੈਂ ਘਰ ਘਰ ਜਾ ਕੇ ਲੋਕਾਂ ਦੀਆਂ ਆਪ ਸਮੱਸਿਆਵਾਂ ਸੁਣੀਆਂ। ਜਗਰਾਓਂ ਹਲਕੇ ਦੇ ਵਿੱਚ 23 ਵਾਰਡ ਆ, 23 ਵਾਰਡਾਂ ਦੇ ਵਿੱਚੋਂ 15 ਵਾਰਡ ਦੇ ਵਿੱਚ ਮੈਂ ਘਰ ਘਰ ਜਾ ਰਹੀ ਹਾਂ। ਇਹ ਸਮੱਸਿਆਵਾਂ ਜਦੋਂ ਵੀ ਦੇਖਦੇ ਹਾਂ, ਰਾਤ ਨੂੰ ਆ ਕੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਲੋਕ ਤੜਫ ਰਹੇ ਆ, ਦਾਣਿਆਂ ਵਾਂਗ ਭੁੰਨੇ ਜਾ ਰਹੇ ਆ। ਬਸ ਇੱਕੋ ਹੀ ਹੈ ਵੀ ਜੇ ਜ਼ਿੰਦਗੀ ਹੁੰਦੇ ਹੁੰਦੇ ਇਹਨਾਂ ਲਈ ਕੁਛ ਕਰ ਦਈਏ ਤਾਂ ਸਾਡਾ ਮੌਕਾ ਜਿਉਣਾ ਸਫਲ ਹੋ ਜਾਏਗਾ। ਸਰਬਜੀਤ ਜੀ, ਮੈਂ ਗੱਲ ਕਰ ਰਿਹਾ ਇੱਥੇ ਕਿ ਕੋਈ, ਕਿਉਂਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇੱਕ ਦਿਨ ਅਜਿਹਾ ਮੋੜ ਆਉਂਦਾ ਕਿ ਜਦੋਂ ਉਹਦੀ ਜਿਹੜੀ ਜ਼ਿੰਦਗੀ ਆ ਉਹਨੂੰ ਡਾਈਵਰਜ਼ਨ ਮਿਲਦਾ, ਜਾਂ ਉਹ ਸੋਚਦਾ ਕਿ ਨਹੀਂ ਹੁਣ ਮੈਂ ਆਪਣੇ ਲਈ ਬਹੁਤ ਕੁਛ ਕਰ ਲਿਆ, ਮੈਂ ਲੋਕਾਂ ਦੇ ਲਈ ਕਰਨਾ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਉਹ ਮੋੜ ਕਦੋਂ ਆਇਆ ਜਿਸ ਨੇ ਤੁਹਾਨੂੰ ਅੰਦਰੋਂ ਵੀ, ਮਤਲਬ ਕਹਿ ਲਿਆ ਆਪਾਂ ਵੀ, ਹਲੂਣ ਕੇ ਰੱਖਤਾ ਕਿ ਨਹੀਂ ਮੈਂ ਰਾਜਨੀਤੀ ਨਾਲ ਜੁੜਨਾ ਔਰ ਮੈਂ ਲੋਕਾਂ ਦੀ ਸੇਵਾ ਕਰਨੀ ਆ। ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕਿਸੇ ਬੱਚੇ ਨੂੰ ਬਿਮਾਰੀ ਨਾਲ ਤੜਫਦਾ ਮਰਦੇ ਦੇਖਦੇ ਹੋ ਜੀ, ਤੇ ਉਸ ਬੱਚੇ ਦੇ ਕੋਲੇ ਆਪਣੀ ਦਵਾਈ ਲਈ ਪੈਸਾ ਨਹੀਂ ਹੁੰਦਾ ਜੀ, ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲ ਦੇਖਦੇ ਹਾਂ,
ਟੀਚਰ ਹੋਣ ਦੇ ਨਾਤੇ ਮੈਂ ਜਦੋਂ ਦੇਖਦੀ ਸੀ ਵੀ ਉਹ ਮਾਵਾਂ ਸਰਦੀਆਂ ਦੇ ਵਿੱਚ ਕੋਟੀ ਵੀ ਨਹੀਂ ਪਾਉਂਦੀਆਂ ਅਤੇ ਆਪਣੇ ਬੱਚਿਆਂ ਲਈ ਕੱਪੜੇ ਖਰੀਦਣ ਨੂੰ ਤਰਸਦੀਆਂ ਅਤੇ ਉਹਨਾਂ ਨੂੰ ਮਜਬੂਰੀ ਹੁੰਦੀ ਸੀ ਵੀ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲ 'ਚ ਪੜ੍ਹਾਉਣ ਦੀ, ਕਿਉਂਕਿ ਉਹ ਵੀ ਚਾਹੁੰਦੇ ਆ ਵੀ ਸਾਡੇ ਬੱਚਿਆਂ ਨੂੰ ਇੱਕ ਐਸਾ ਹਾਲਾਤ ਮਿਲਣ ਜਿੱਥੇ ਸਾਡੇ ਬੱਚੇ ਦੂਜੇ ਦੇ ਬੱਚੇ ਦੇ ਬਰਾਬਰ ਖੜ੍ਹਨ। ਇਹ ਚੀਜ਼ ਦੇਖੀ ਨਹੀਂ ਸੀ ਜਾਂਦੀ ਵੀਰਿਓ, ਕਿਉਂਕਿ ਇਹ ਇੱਕ ਐਸੇ ਹਾਲਾਤ ਆ ਜਿੱਥੇ ਅਸੀਂ ਪਲ ਪਲ ਮਜਬੂਰ ਹੁੰਦੀਆਂ ਮਾਵਾਂ ਨੂੰ ਦੇਖ ਰਹੇ ਸੀ। ਮੈਨੂੰ ਲੱਗਿਆ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਐਜੂਕੇਸ਼ਨ ਦੇ ਲਈ ਬਹੁਤ ਬੈਟਰ ਕਰ ਰਹੀ ਆ। ਜੇ ਉਦੋਂ ਸਾਡੇ ਉਨਾ ਕੁ ਪੰਜਾਬ 'ਚ ਹੋ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਰਾਜ ਕਰਨਗੀਆਂ, ਸਾਡੇ ਬਜ਼ੁਰਗਾਂ ਨੂੰ ਤੜਫਣਾ ਨਹੀਂ ਪਏਗਾ ਆਪਣੇ ਬੱਚਿਆਂ ਦੇ ਛੋਟੇ ਛੋਟੇ ਸਾਧਨਾਂ ਦੇ ਲਈ। ਸਰਬਜੀਤ ਜੀ, ਅਗਲੇ ਆਪਾਂ ਗੱਲ ਕਰਦੇ ਹਾਂ ਕਿ ਕਰਪਸ਼ਨ ਦੇ ਬਾਰੇ, ਜੋ ਆਪਾਂ ਦੇਖ ਰਹੇ ਹਾਂ ਕਿ ਇਹ ਵੀ ਇੱਕ ਖਾਸ ਮੁੱਦਾ ਬਣਿਆ ਹੋਇਆ ਇਲੈਕਸ਼ਨ ਦੇ ਮੱਦੇ ਰੱਖੀਏ, ਅਤੇ ਕਰਪਸ਼ਨ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਇੱਕ ਐਸੀ ਕੌਣ ਹੈ ਜਿਹੜੀ ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਖਾ ਰਹੀ ਹੈ ਜੀ। ਇੱਥੇ ਕਰਪਸ਼ਨ ਦੇ ਵਿੱਚ ਉਹ ਨਹੀਂ ਮਰਦਾ ਜਿਹੜਾ ਮਿਹਨਤ ਕਰਦਾ ਜੀ, ਉਹ ਨਹੀਂ ਮਰਦਾ ਜਿਹੜੇ ਮਾਂ ਬਾਪ ਆਪਣੇ ਬੱਚੇ ਨੂੰ ਕੁਛ ਕਰਾਉਣਾ ਚਾਹੁੰਦੇ ਆ ਜੀ। ਮਰਦਾ ਉਹ ਬੱਚਾ ਜਿਹੜਾ ਦਿਨ ਰਾਤ ਮਿਹਨਤ ਕਰਕੇ ਐਂਡ 'ਤੇ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਪਹਿਲਾਂ ਹੀ ਸਭ ਕੁਛ ਹੋ ਚੁੱਕਿਆ। ਉਹ ਆਉਂਦੇ ਸਾਰ ਜਦੋਂ ਖੂੰਜੇ 'ਚ ਬੜਬੜ ਰੋਂਦਾ, ਨਾਲ ਮਾਵਾਂ ਨੂੰ ਆਪਣੇ ਨਾਲ ਰਵਾਉਂਦਾ, ਮਾਂ ਰਾਤ ਨੂੰ ਰੋਟੀ ਨਹੀਂ ਖਾਂਦੀ, ਹਾਲਾਤ ਤਾਂ ਸਾਡੇ ਤੋਂ ਵੀ ਨਹੀਂ ਦੇਖੇ ਜਾਂਦੇ। ਬਸ ਇੱਕੋ ਹੀ ਹੈ ਇਸ ਮੁੱਦੇ ਨੂੰ ਜੜੋਂ ਪੱਟ ਦਈਏ। ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਸਕਦਾ। ਕਰਪਸ਼ਨ ਦਾ ਮੁੱਦਾ, ਭ੍ਰਿਸ਼ਟਾਚਾਰ ਦਾ ਮੁੱਦਾ ਇੱਕ ਐਸਾ ਸਾਡੇ ਹੱਡਾਂ ਦੇ ਵਿੱਚ ਘੁਣ ਬਣ ਕੇ ਲੱਗ ਚੁੱਕਿਆ, ਜੰਗ ਲੱਗ ਚੁੱਕੀ ਹੈ ਜਿਹੜੀ ਸਾਨੂੰ ਖਤਮ ਕਰੇਗੀ। ਮੈਨੂੰ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਵੀ ਇਸ ਮੁੱਦੇ ਨੂੰ ਆਪਾਂ ਜੜੋਂ ਪੱਟ ਦਈਏ ਜੀ। ਕਰਪਸ਼ਨ ਦੇ ਨਾਲ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਇੱਕ ਮੁੱਦਾ ਜੋ ਬਹੁਤ ਹੀ ਜ਼ਿਆਦਾ ਸੰਜੀਦਾ ਬਣ ਰਿਹਾ ਉਹ ਹੈਗਾ ਬੇਰੁਜ਼ਗਾਰੀ। ਅਨਇੰਪਲਾਇਮੈਂਟ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ, ਔਰ ਜੇ ਗੱਲ ਕਰੀਏ ਆਪਾਂ ਵੀ ਨੌਜਵਾਨ ਵਰਗ ਦੀ ਤਾਂ ਉਹ ਵੀ ਆਪਾਂ ਕਹਿੰਦੇ ਹਾਂ ਵੀ ਐਜੂਕੇਟਡ ਹੋਣ ਦੇ ਬਾਵਜੂਦ ਵੀ ਉਹ ਨਿਰਾਸ਼ਾ ਉਹਨਾਂ ਦੇ ਪੱਲੇ ਲੱਗ ਰਹੀ ਹੈ, ਔਰ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਇਸ ਦੇ ਨਾਲ ਆਪਾਂ ਗੱਲ ਕਰਦੇ ਵੀ ਜਿਹੜਾ ਸਮਾਜ ਵਿੱਚ ਨਸ਼ਾ ਵੱਧ ਰਿਹਾ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਜ਼ਿੰਮੇਵਾਰ ਆ। ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਮ ਆਦਮੀ ਪਾਰਟੀ ਵਚਨਬੱਧ ਹੈ 25 ਲੱਖ ਨੌਕਰੀਆਂ 5 ਸਾਲਾਂ 'ਚ ਦੇਣ ਦੇ ਲਈ। 5 ਸਾਲਾਂ 'ਚ 25 ਲੱਖ ਨੌਕਰੀਆਂ ਦਾ ਮਤਲਬ 1 ਲੱਖ ਨੌਕਰੀ 1 ਸਾਲ 'ਚ। ਆਪਾਂ ਜੇ 25 ਲੱਖ ਚੁੱਲ੍ਹੇ ਵੀ ਜਗਾ ਲਏ ਤਾਂ ਆਪਾਂ 25 ਲੱਖ ਘਰ ਬਚਾ ਲਏ। ਉਸ ਤੋਂ ਵੱਡੀ ਗੱਲ ਭ੍ਰਿਸ਼ਟਾਚਾਰ, ਜਿਹੜਾ ਨਸ਼ਾ ਵੱਧ ਰਿਹਾ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਆ। ਨਸ਼ਾ ਉਹ ਲੋਕ ਨਹੀਂ ਕਰ ਰਹੇ ਜਿਹੜੇ ਸਾਰੇ ਪਾਸਿਓਂ ਨਕਾਰ ਆ, ਨਸ਼ਾ ਉਹ ਬੱਚੇ ਜ਼ਿਆਦਾ ਕਰ ਰਹੇ ਆ ਜਿਨ੍ਹਾਂ ਨੇ ਬਹੁਤ ਵੱਡੀ ਛਾਲ ਮਾਰੀ ਪਰ ਐਂਡ 'ਤੇ ਆ ਕੇ ਕਿਤੇ ਨਾ ਕਿਤੇ ਸਿਸਟਮ ਨੇ ਉਹਨਾਂ ਨੂੰ ਥੱਲੇ ਧੱਕਤਾ। ਨਸ਼ਾ ਉਹ ਬੱਚੇ ਕਰ ਰਹੇ ਆ। ਜਦੋਂ ਅਸੀਂ ਭ੍ਰਿਸ਼ਟਾਚਾਰ ਨੂੰ ਉੱਪਰੋਂ ਫੜ ਲਿਆ, ਭ੍ਰਿਸ਼ਟਾਚਾਰ ਖਤਮ ਹੋ ਗਿਆ, ਆਪਣੇ ਆਪ ਸਹੀ ਬੰਦਿਆਂ ਨੂੰ ਨੌਕਰੀਆਂ ਮਿਲਣ ਲੱਗ ਗਈਆਂ, ਨਸ਼ਾ ਤਾਂ ਆਪਣੇ ਆਪ ਖਤਮ ਹੋ ਜਾਏਗਾ। ਕਿਉਂਕਿ ਨਸ਼ਾ ਉਹ ਬੱਚੇ ਨਹੀਂ ਕਰ ਰਹੇ ਜਿਹੜੇ ਬੱਚੇ ਕੁਛ ਕਰਨ ਦੇ ਲਾਇਕ ਹੀ ਨਹੀਂ, ਨਸ਼ਾ ਤਾਂ ਉਹ ਬੱਚੇ ਕਰ ਰਹੇ ਆ ਜਿਹੜੇ ਸਮਾਜ ਨੂੰ ਇੱਕ ਨਵੀਂ ਸਿਰਜਣਾ ਦੇ ਸਕਦੇ ਸੀ, ਨਵੀਂ ਸੇਧ ਦੇ ਸਕਦੇ ਸੀ। ਅੱਜ ਉਹਨਾਂ ਨੇ ਮਾਵਾਂ ਦੇ ਪੁੱਤ ਮਰ ਰਹੇ ਆ, ਜਿਹੜੀ ਕਹਿੰਦੀ ਮਾਂ ਕਹਿੰਦੀ ਆ ਵੀ ਮੇਰਾ ਪੁੱਤ ਤਾਂ ਕਬੱਡੀ ਦੇ ਵਿੱਚ ਚੈਂਪੀਅਨ ਸੀ ਜੀ, ਸਿਰਫ ਇਸ ਕਰਕੇ ਕਿ ਇੱਕ ਮੌਕਾ ਉਹਨਾਂ ਤੋਂ ਖੋਇਆ ਗਿਆ ਅਤੇ ਉਹਨਾਂ ਦੇ ਹੱਥ 'ਚ ਇੱਕ ਛੋਟੀ ਜਿਹੀ ਪੁੜੀ ਫੜਾਈ ਗਈ, ਮੁੜ ਕੇ ਉਹ ਪੁੜੀ ਪੁੱਤ ਛੱਡ ਨਹੀਂ ਸਕਿਆ, ਉਹਦੇ ਉਹਨੂੰ ਸਿਵਿਆਂ ਤੱਕ ਹੀ ਲੈ ਗਿਆ ਜੀ। ਸਰਬਜੀਤ ਜੀ, ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਇਲਾਕੇ ਦੀ ਗੱਲ ਕਰਦੇ ਹਾਂ, ਆਪਾਂ ਜਗਰਾਓਂ ਹਲਕੇ ਦੀ ਗੱਲ ਕਰਦੇ ਹਾਂ, ਕਿ ਅਗਰ ਤੁਸੀਂ ਚੋਣ ਜਿੱਤਦੇ ਹੋ, MLA ਬਣ ਕੇ ਆਪਣੇ ਇਲਾਕੇ ਦੇ ਵਿੱਚ ਵਿਚਰਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੇ ਕੰਮਾਂ ਦੇ ਲਈ ਮਤਲਬ ਇੱਕ ਹਰ ਇੱਕ ਬੰਦੇ ਨੇ ਪਲੈਨਿੰਗ ਕੀਤੀ ਹੁੰਦੀ ਆ, ਤਾਂ ਤੁਹਾਡੇ ਲਈ ਸਭ ਤੋਂ ਪਹਿਲਾਂ ਜਿਹੜਾ ਹੈਗੀ ਇੰਪੋਰਟੈਂਸ ਉਹ ਕਿਹੜੇ ਕੰਮ ਰਹੇਗੀ? ਸਭ ਤੋਂ ਪਹਿਲਾਂ ਜਿਹੜਾ ਮੇਰੇ ਹਲਕੇ ਦੇ ਵਿੱਚੋਂ ਨਸ਼ਾ ਮੁਕਤੀ ਜੀ, ਚਿੱਟਾ ਮੁਕਤੀ ਸਪੈਸ਼ਲੀ ਜੀ, ਕਿਉਂਕਿ ਇਹਦੇ ਨਾਲ ਮੈਂ 1 ਮਹੀਨੇ ਦੇ ਵਿੱਚ ਘੱਟੋ ਘੱਟ 5 ਜਾਂ 7 20 ਤੋਂ 22 ਸਾਲ ਦੇ ਮੁੰਡਿਆਂ ਦੀਆਂ ਮੌਤਾਂ 'ਤੇ ਜਾ ਕੇ ਆਉਂਦੀ ਹਾਂ ਜੀ। ਦੇਖਿਆ ਨਹੀਂ ਜਾ ਰਿਹਾ ਵੀਰਿਓ, ਤੜਫਦੀਆਂ ਮਾਵਾਂ ਨੂੰ, ਤੜਫਦੇ ਬਜ਼ੁਰਗਾਂ ਨੂੰ ਜੀ। ਇੱਕੋ ਹੀ ਨਸ਼ਾ ਚਿੱਟਾ, ਮੈਂ ਸਭ ਤੋਂ ਪਹਿਲਾਂ ਤਾਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਮੇਰੀ ਆਉਣ ਵਾਲੀ ਪੀੜ੍ਹੀਆਂ, ਮੇਰੀਆਂ ਮਾਤਾਵਾਂ ਰਾਤ ਨੂੰ ਚੈਨ ਨਾਲ ਸੌ ਸਕਣ, ਮੇਰੇ ਬਜ਼ੁਰਗ ਦਰਵਾਜ਼ੇ 'ਚ ਬੈਠ ਕੇ ਕਿਸੇ ਨੂੰ ਆਸ ਨਾਲ ਦੇਖਣ ਨਾ ਵੀ ਸ਼ਾਇਦ ਮੇਰਾ ਪੁੱਤ ਕੋਈ ਰਸਤੇ 'ਚੋਂ ਚੱਕ ਲਿਆ ਪਏ। ਦੂਸਰੀ ਗੱਲ, ਇਸ ਮੁੱਦੇ 'ਤੇ ਜਿੰਨਾ ਜ਼ਿਆਦਾ ਕੰਮ ਕਰ ਸਕੇ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ, ਕਿਉਂਕਿ ਇੱਕ ਪੁੱਤ ਨੂੰ ਨਸ਼ੇ ਤੋਂ ਮੁਕਤ ਕਰਾ ਕੇ ਸਮਾਜ ਦੇ ਵਿੱਚ ਨਵੀਂ ਸਿਹਤ 'ਤੇ ਸਿਰਜਣਾ ਦੇਣ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਕਿਉਂਕਿ ਜੇ ਆਪਾਂ ਉਹਨੂੰ ਉਸ ਟਾਈਮ ਗੋਦੀ 'ਚ ਨਾ ਲੈ ਕੇ ਸੰਭਾਲਿਆ ਤਾਂ ਉਹ ਫਿਰ ਪਿੱਛੇ ਦਲਦਲ 'ਚ ਡਿੱਗ ਪਏਗਾ। ਸਰਬਜੀਤ ਜੀ, ਗੱਲ ਕਰਦੇ ਹਾਂ, ਤੁਸੀਂ ਖੁਦ ਦਲਿਤ ਪਰਿਵਾਰ ਵਿੱਚੋਂ ਨਿਕਲ ਕੇ ਅੱਗੇ ਆਏ ਹੋ, ਦਲਿਤ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਜੇਕਰ ਗੱਲ ਕਰੀਏ ਦਲਿਤ ਵਰਗ ਦੀ ਤਾਂ ਅਕਸਰ ਦੇਖਿਆ ਜਾਂਦਾ ਕਿ ਉਹਨਾਂ ਨੂੰ ਕਈ ਥਾਵਾਂ 'ਤੇ ਅਣਗੌਲਿਆਂ ਕੀਤਾ ਜਾਂਦਾ। ਅਗਰ ਤੁਸੀਂ ਇਲੈਕਸ਼ਨ ਜਿੱਤਦੇ ਹੋ ਜਾਂ ਤੁਹਾਡੀ ਪਾਰਟੀ ਸੱਤਾ ਵਿੱਚ ਆਉਂਦੀ ਆ, ਤਾਂ ਦਲਿਤ ਵਰਗ ਦੇ ਲਈ ਤੁਸੀਂ ਕੀ ਕਰੋਗੇ? ਦਲਿਤ ਵਰਗ ਕਈ ਥਾਵਾਂ 'ਤੇ ਨਹੀਂ, ਹਰ ਥਾਵਾਂ 'ਤੇ ਅਣਗੌਲਿਆ, ਕਿਉਂਕਿ ਅਜੇ ਵੀ ਦਲਿਤ ਵਰਗ ਦੇ ਵਿੱਚ
2% ਲੋਕ ਕੀ ਆ ਜਿਹੜੇ ਰੋਟੀ ਰੋਜੀ ਖਾਣ ਲੱਗੇ ਆ, ਬਾਕੀ ਸਾਰੇ ਉਸੇ ਤਰ੍ਹਾਂ ਹੀ ਪਿਛੜੇ ਹੋਏ ਆ ਜਿਵੇਂ ਪਹਿਲਾਂ ਸੀ। ਦਲਿਤ ਵਰਗ ਜੇ ਕਿਸਾਨਾਂ ਦੇ ਖੇਤਾਂ ਦੀ ਫਸਲ ਤਬਾਹ ਹੁੰਦੀ ਆ, ਉੱਥੇ ਕਿਸਾਨ ਜੇ ਪ੍ਰਭਾਵਿਤ ਹੁੰਦਾ ਤਾਂ ਉਹਦੇ ਨਾਲ ਉੱਥੋਂ ਦੇ ਮਜ਼ਦੂਰ ਵੀ ਪ੍ਰਭਾਵਿਤ ਹੁੰਦੇ ਆ। ਸਾਡੀ ਸਰਕਾਰ ਇਹ ਕਹਿ ਰਹੀ ਹੈ ਵੀ ਜੇ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਤਾਂ ਉਹਨਾਂ ਦੇ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲੇਗਾ ਨਾ। ਦੂਸਰੀ ਗੱਲ, ਬੜੇ ਸਾਰੇ ਦਲਿਤ ਪਰਿਵਾਰ ਐਸੇ ਆ, ਮੈਂ ਪਿੰਡਾਂ ਦੇ ਪਿੰਡ ਦੇਖ ਰਹੀ ਹਾਂ ਜਿੱਥੇ ਉਹਨਾਂ ਕੋਲ ਬਾਰਿਸ਼ 'ਚ ਆਪਦੇ ਮੰਜਿਆਂ ਥੱਲੇ ਪੈ ਕੇ ਰਾਤ ਕੱਟਣ ਤੋਂ ਇਲਾਵਾ ਕੋਈ ਚਾਰਾ ਨਹੀਂ। ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਛੱਤ ਵੀ ਹੈ ਨਹੀਂ, ਥੋੜ੍ਹੇ ਜਿਹੇ ਅਸੀਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਛੋਟੇ ਮਕਾਨ ਉਹਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਉਸ ਜੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਨੂੰ ਟੈਕਸ ਰਹਿਤ ਕੀਤਾ ਜਾਏਗਾ। ਅਸੀਂ ਸਿਲੰਡਰ ਵੀ ਤਾਂ ਨਾਲ ਦੇਵਾਂਗੇ ਚੁੱਲ੍ਹਿਆਂ ਦੇ ਨਾਲ। ਇਹ ਉਹਨਾਂ ਨੇ ਇਸ ਕਰਕੇ ਨਹੀਂ, ਅਸੀਂ ਕੋਈ ਸਬਸਿਡੀ ਇਸ ਕਰਕੇ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਹੈਲਪਲੈਸ ਕਰਨਾ ਚਾਹੁੰਦੇ। ਅਸੀਂ ਇਸ ਕਰਕੇ ਦੇਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਦੀ ਬੈਟਰ ਲਾਈਫ ਦੇ ਲਈ ਅਸੀਂ ਬੈਟਰ ਕੰਮ ਕਰ ਸਕਦੇ ਹਾਂ, ਕਿਉਂਕਿ ਅਸੀਂ ਫੀਲ ਕਰ ਸਕਦੇ ਹਾਂ ਸਾਡੇ ਘਰਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਵਾ। ਸਰਬਜੀਤ ਕੌਰ ਜੀ, ਤੁਸੀਂ ਆਪਣੇ ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਤੁਸੀਂ ਆਪਣੇ ਹਲਕੇ ਦੀਆਂ ਸਮੱਸਿਆਵਾਂ ਵੀ ਦੱਸੀਆਂ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ, ਜੇਕਰ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ ਜਾਂ ਤੁਸੀਂ ਜਿੱਤ ਕੇ ਆਉਂਦੇ ਹੋ ਤਾਂ ਕਿਸ ਤਰੀਕੇ ਨਾਲ ਉਹਨੂੰ ਹੱਲ ਕੀਤਾ ਜਾਊਗਾ, ਪਰ ਜਾਂਦੇ ਜਾਂਦੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਇਲੈਕਸ਼ਨ ਦੇ ਰਿਗਾਰਡਿੰਗ ਕੀ ਅਪੀਲ ਕਰਨਾ ਚਾਹੁੰਦੇ ਹੋ? ਵੀਰੋ, ਚੋਣਾਂ ਦਾ ਬਿਗਲ ਵੱਜ ਚੁੱਕਿਆ, ਇਹ ਆਜ਼ਾਦੀ ਦੀ ਦੂਜੀ ਲੜਾਈ ਹੈ ਜਿਸ ਵਿੱਚ ਮੈਨੂੰ ਤੁਹਾਡਾ ਸਾਥ ਬਹੁਤ ਜ਼ਰੂਰੀ ਚਾਹੀਦਾ, ਕਿਉਂਕਿ ਹੁਣ ਲੜਾਈ ਪੈਸੇ ਦੀ ਇਮਾਨਦਾਰੀ ਨਾਲ ਆ। ਦੇਖਿਓ ਕਿਤੇ ਇਸ ਵਾਰ ਇਮਾਨਦਾਰੀ ਹਾਰ ਨਾ ਜਾਵੇ। ਇਸ ਵਾਰ ਆਪਾਂ ਨੂੰ ਸਾਰਿਆਂ ਨੂੰ, ਮੈਨੂੰ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਉੱਠ ਕੇ ਸਮਾਜ ਨੂੰ ਇੱਕ ਸੇਧ ਦੇਣ ਦਾ ਮੌਕਾ ਮਿਲਿਆ, ਜਿਸ ਦੇ ਵਿੱਚ ਮੈਂ ਤੁਹਾਡੀ ਮਦਦ ਤੋਂ ਬਿਨਾਂ ਕਿਸੇ ਵੀ ਕੰਮ 'ਚ ਅਧੂਰੀ ਹਾਂ। ਆਪਾਂ ਨੂੰ ਸਾਰਿਆਂ ਨੂੰ ਮੌਕਾ ਮਿਲਿਆ ਆਪਣੀ ਸਰਕਾਰ ਆਪਣੇ ਹਿਸਾਬ ਨਾਲ ਚਲਾਉਣ ਦਾ, ਇੱਕੋ ਹੀ ਆਪਣੀ ਸੋਚ ਦੇ ਨਾਲ ਸੋਚ ਮਿਲਾਉਣ ਦਾ। ਆਪਾਂ ਨੂੰ ਮੌਕਾ ਮਿਲਿਆ ਵੀ ਆਪਾਂ ਆਪਣੇ ਬੱਚਿਆਂ ਵਾਸਤੇ ਵਧੀਆ ਸਕੂਲ ਬਣਵਾ ਲਈਏ। ਆਪਾਂ ਨੂੰ ਮੌਕਾ ਮਿਲਿਆ ਵੀ ਆਪਾਂ ਆਪਣੇ ਪਰਿਵਾਰਾਂ ਵਾਸਤੇ ਵਧੀਆ ਹਸਪਤਾਲ ਬਣਵਾ ਲਈਏ। ਆਪਾਂ ਨੂੰ ਉਹ ਮੌਕਾ ਮਿਲਿਆ ਜਿੱਥੇ ਆਪਾਂ ਆਪਣੇ ਰਹਿਣ ਦੇ ਲਾਇਕ ਜਗ੍ਹਾ ਬਣਾ ਲਈਏ, ਸੁਰੱਖਿਅਤ ਸਮਾਜ ਬਣਾ ਲਈਏ, ਜਿੱਥੇ ਆਪਣੇ ਸਮਾਜ ਦੇ ਵਿੱਚ ਰਾਤ ਨੂੰ ਧੀਆਂ ਭੈਣਾਂ ਬਾਹਰ ਨਿਕਲਣੋਂ ਡਰਨ ਨਾ। ਵੀਰੋ, ਮੈਨੂੰ ਤਾਂ ਤੁਹਾਡੀ ਬਹੁਤ ਲੋੜ ਹੈ। ਇਹ ਲੋੜ ਦੇ ਵਿੱਚ ਆ ਕੇ ਸਾਰੇ ਵੀਰ ਇੱਕ ਦੂਜੇ ਦਾ ਹੱਥ ਫੜ ਕੇ ਜ਼ਿੰਮੇਵਾਰੀਆਂ ਸੰਭਾਲੀਏ। ਇਹ ਜ਼ਿੰਮੇਵਾਰੀਆਂ ਦਾ ਮੌਕਾ ਦੇਖਿਓ, ਮਤਦਾਨ ਕਰਨ ਤੋਂ ਪਹਿਲਾਂ ਕਿਤੇ ਇਹ ਨਾ ਕਰ ਦਿਓ ਕੁਛ ਫਿਰ ਪਿੱਛੋਂ ਵਾਂਗ ਆਪਾਂ ਆਪਣੀ ਮੱਤ ਦਾ ਦਾਨ ਕਿਸੇ ਹੋਰ ਤਰੀਕੇ ਨਾਲ ਕਰ ਬੈਠੀਏ ਅਤੇ ਅਗਲੇ 5 ਸਾਲ ਆਪਾਂ ਨੂੰ ਪਛਤਾਉਣਾ ਪਵੇ। ਇਹ ਇੱਕ ਐਸਾ ਮੌਕਾ ਜਿਹੜਾ ਇੱਕ ਵਾਰ ਖੁੰਝ ਗਿਆ ਦੁਬਾਰਾ ਵਾਪਸ ਨਹੀਂ ਆਉਣਾ। ਵੀਰੋ, ਸਾਥ ਦਿਓ ਸਾਡਾ, ਸਾਨੂੰ ਤੁਹਾਡੀ ਬਹੁਤ ਜ਼ਰੂਰਤ ਆ। ਸਰਬਜੀਤ ਕੌਰ ਜੀ, ਬਹੁਤ ਵਧੀਆ ਤੁਹਾਡੇ ਵਿਚਾਰ ਨੇ ਔਰ ਅਸੀਂ ਵੀ ਤੁਹਾਡਾ ਆਪਣੀ ਪੂਰੀ ਚੈਨਲ ਦੀ ਟੀਮ ਵੱਲੋਂ, ਤੁਸੀਂ ਸਾਡੇ ਸਟੂਡੀਓ ਵਿੱਚ ਪਹੁੰਚੇ ਹੋ, ਤੁਹਾਡਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਤੁਹਾਡੇ ਜਿਹੜੇ ਇਲੈਕਸ਼ਨਸ ਆ ਰਹੇ ਨੇ ਉਹਨਾਂ ਦੇ ਲਈ ਆਲ ਦਾ ਵੈਰੀ ਬੈਸਟ ਜੀ। ਬਹੁਤ ਬਹੁਤ ਧੰਨਵਾਦ ਜੀ, ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ, ਕਿਉਂਕਿ ਇਹ ਇੱਕ ਐਸਾ ਮੌਕਾ ਜਿਹੜਾ ਸਾਡੇ ਵਰਗੇ ਮੱਧ ਵਰਗੀ ਪਰਿਵਾਰਾਂ ਵਾਸਤੇ ਤਾਂ ਕਦੇ ਹੋ ਹੀ ਨਹੀਂ ਸਕਦਾ ਜੀ। ਇੱਕੋ ਹੀ ਸੋਚ ਆ ਵੀ ਪਰਮਾਤਮਾ ਤੁਹਾਡੇ ਚੈਨਲ ਨੂੰ ਬਹੁਤ ਲੰਬੀਆਂ ਤਰੱਕੀਆਂ ਵੀ ਬਖਸ਼ੇ, ਅੱਗੇ ਵਧਣ ਦਾ ਮੌਕਾ ਵੀ ਦੇਵੇ। ਸਾਡੇ ਵਰਗੇ ਬੰਦੇ ਤਾਂ ਇੱਥੇ ਤੱਕ ਪਹੁੰਚਣ ਦੀ ਨਹੀਂ ਸੋਚ ਸਕਦੇ, ਪਰਮਾਤਮਾ ਨੇ ਮੌਕਾ ਦਿੱਤਾ, ਮੈਂ ਉਹਦਾ ਵੀ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਵਿਧਾਨ ਸਭਾ ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਕੌਰ ਮਾਣੂਕੇ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਜਾਂ ਉਹ ਚੋਣ ਜਿੱਤ ਕੇ ਆਪਣੇ ਹਲਕੇ ਵਿੱਚ ਆਉਂਦੇ ਨੇ ਤਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਸੋ ਇਹੀ ਸਾਡੇ ਜੋ ਕਹਿ ਲਈਏ ਪ੍ਰੋਗਰਾਮ ਦੀ ਸੋਚ ਹੈ, ਇਹੀ ਮਕਸਦ ਆ ਕਿ ਮੁਲਾਕਾਤ ਸਾਡੀ, ਫੈਸਲਾ ਤੁਹਾਡਾ। ਹੁਣ ਵੀਰੋ ਭੈਣੋ, ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਕਿ ਤੁਸੀਂ ਕਿਸ ਉਮੀਦਵਾਰ ਦੀ ਚੋਣ ਕਰਨੀ ਆ ਅਤੇ ਕਿਵੇਂ ਆਪਣੇ ਦੇਸ਼ ਨੂੰ ਅੱਗੇ ਆਪਣੇ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣਾ। ਫਿਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ, ਇੱਕ ਨਵੇਂ ਹਲਕੇ ਦੇ ਵਿੱਚ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।